ਮੈਂ ਸੁਣਿਆ ਤੂੰ ਇੰਗਲਿਸ਼ ਬਹੁਤ ਤੇਜ਼ ਬੋਲਦੀ ਆ। ਬੋਲ ਕੇ ਵਿਖਾ ਦਿੰਦੀ ਆ ਫਿਰ। ਚੱਲ ਬੋਲ ਫਿਰ। ਇੰਗਲਿਸ਼ 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 ਲਓ ਵੀ ਇਧਰ ਤੁਹਾਨੂੰ ਦਿਖਾ ਦਈ ਆ, ਨੀ ਪੱਤਰ ਰੱਖ ਲਿਆ ਟੋਕਰੇ ਦਾ, ਗੋਲ ਮਟੋਲ ਟੋਕਰੇ ਬਣਾ ਦੇਣੇ ਬੇਬੇ। ਮੈਂ ਤਾਂ ਦੱਸਿਆ ਨਾ ਵੀ ਇਹਦੀ ਮਿਹਨਤ ਬਹੁਤ ਜ਼ਿਆਦਾ ਆ ਵੇਖ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ, ਸੋ ਮਿੱਤਰੋ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਆਪਣੇ ਨਿਊ ਵਲੌਗ ਵਿੱਚ। ਬੇਬੇ ਅੱਜ ਕੀ ਬਣਨਾ ਘਰੇ? ਟੋਕਰੇ ਬਣਾਉਣ ਲੱਗੇ ਆ। ਹਾਂ ਸਾਰਾ ਬਾਲਣ ਬੂਲਣ ਆਪਾਂ ਲਿਆ ਕੇ ਛਿਟੀਆਂ। ਹਾਂ ਛਿਟੀਆਂ ਲਿਆਂਦੀਆਂ, ਤੂਤ ਛਾਂਗ ਕੇ ਤੇ ਛਿਟੀਆਂ ਲਾ ਕੇ ਲਿਆਂਦੀਆਂ ਸੀ। ਹਾਂ ਵਾਹਵਾ ਦਿਨ ਹੋ ਗਏ ਆ ਤੇ ਹੁਣ ਤੇ ਆਪਾਂ ਭੁੱਲਦੇ ਜਾ ਰਹੇ ਆ। ਪਹਿਲਾਂ ਲੋਕ ਹੁਣ ਤੇ ਲੋਕੀ ਬਣੇ ਬਣਾਏ ਲੈ ਆਉਂਦੇ ਆ, ਪਹਿਲਾਂ ਘਰੇ ਬਣਾਉਂਦੇ ਆ। ਘਰੇ ਬਣਾਉਂਦੇ ਹੁੰਦੇ ਸੀ, ਛਿਟੀਆਂ ਲੈ ਕੇ ਆਉਂਦੇ ਹੁੰਦੇ, ਛਿਟੀਆਂ ਲੈ ਕੇ ਆਉਂਦੇ ਸੀ ਤੂਤ ਛਾਂਗ ਕੇ ਤੇ ਆਪਣੇ ਵੀਰ ਹੋਣੀ ਆਏ ਹੋਏ ਆ। ਹਾਂ ਤੇ ਵੀਰ ਭਰਾਵਾਂ ਨੇ ਹੁਣ ਮਿੰਟ ਹੀ ਲਾਉਣਾ, ਉਹਨਾਂ ਨੇ ਮਿੰਟੋ ਮਿੰਟ ਹੀ ਬਣਾ ਦੇਣੇ। ਹਾਂ ਤੇ ਤੁਹਾਨੂੰ ਦਿਖਾਉਣੇ ਆ ਟੋਕਰੇ ਬਣਦੇ। ਉਹ ਵੇ ਆ ਗਏ ਉਧਰ, ਬਣਾਈ ਜਾਂਦੇ ਆ ਦੂਜੇ ਪਾਸੇ। ਵੀਰੇ ਚੱਕ ਦੁਕਰਾਂ ਦੀ ਕੰਮ ਨੂੰ ਬਸ ਬਾਈ, ਮੈਂ ਨਾਲ ਟੋਕਰਾ ਵੇਖੀ ਆ। ਚੱਲ ਅਸੀਂ ਵੇਖੀ ਆਵਾਂਗੇ ਤੇ ਤੁਸੀਂ ਬਣਾਈ ਜਾ ਲਿਆ। ਬਣਾਈ ਚੱਲ ਤੇ ਡੈਡੀ ਆ ਖੇਤੋਂ ਲੈ ਕੇ ਆਂਦੀਆਂ ਹਨ। ਹਾਂ ਖੇਤੋਂ ਲੈ ਕੇ ਬੜੇ। ਲਓ ਵੀ ਟੋਕਰੇ ਬਣਨੇ ਅੱਜ। ਇਹਦੇ ਕਿੰਨੇ ਕੁ ਬਣ ਜਾਣਗੇ? ਬਣ ਜਾਣਾ 4-5 ਬਣ ਜਾਣਾ। ਲਓ ਵੀ ਪੰਜ ਟੋਕਰੇ ਬਣ ਜਾਣੇ ਘਰਾਂ ਦੀ ਇਹਦੇ। ਹੋਰ ਲੋਕਾਂ ਨੇ ਪਸ਼ੂ ਘਟਾ ਤੇ ਤੇ ਮੱਝਾਂ ਘਟਾ ਤੇ, ਮੱਝਾਂ ਘਟਾ ਤੇ ਟੋਕਰੇ ਕੈਰੀ ਕਰਨੇ। ਸਾਡਾ ਹੁਣ ਬਸ ਮੱਝਾਂ ਦਾ ਵਾਜਾ ਮਰ ਜਾਂਦੇ, ਮੱਝਾਂ ਕਟਾਈ ਕਟਾਈ ਵਾਲਾ ਕਟਾਈ ਵਾਲਾ। ਪਹਿਲਾਂ ਤੇ ਬੜੇ ਬਣਾਉਂਦੇ ਹੋਣੇ ਤੁਹਾਡੇ ਤੋਂ? ਪਹਿਲਾਂ ਤੇ ਬਹੁਤ ਬਣਾਉਂਦੇ ਹੋਣਗੇ ਤੁਹਾਡੇ ਤੋਂ। ਪੱਛਣਾ ਤਾਂ 20-20 ਨਾਗ, 15-15-20-20 ਨਾਗ ਬਣਾਉਂਦੇ ਹੁੰਦੇ ਪਹਿਲਾਂ। ਅੱਛਾ ਤੇ ਹੁਣ ਲੋਕਾਂ ਦੇ ਪਸ਼ੂ ਘਟ ਗਏ ਤੇ ਹੁਣ ਪਸ਼ੂ ਘਟ ਗਏ ਤੇ ਟੋਕਰੇ ਵੀ ਘਟ ਗਏ, ਤੂਤ ਵੀ ਨਹੀਂ ਰਹਿ ਗਿਆ। ਤੂਤ ਵੀ ਟਾਈਮ ਟਾਈਮ ਦੇ ਨਾਲ ਸਾਰਾ ਕੁਝ ਚੇਂਜ ਹੋਈ ਜਾਂਦਾ, ਪਰ ਆਪਾਂ ਚੇਂਜ ਨਹੀਂ ਹੋਣ ਦੇਣਾ, ਆਪਾਂ ਇਦਾਂ ਹੀ ਬਣਾਉਣੇ। ਲੋ ਜਿਹੜੀਆਂ ਸਹੀ ਸਹੀ ਆ ਉਹ ਕੱਢ ਕੇ ਰੱਖ ਲੈਣੀਆਂ। ਕਿਵੇਂ ਟੋਆ ਪੱਟ ਕੇ? ਕਿਵੇਂ ਉਹ ਕਰਨਾਮ ਦਾਸ ਦਾ ਹੀ ਆਪਣੇ ਬੈਠੇ ਉੱਥੇ। ਹਾਂ ਹਾਂ ਉਹ ਟੋਆ ਪੱਟਣਾ ਤੇ ਬਹਿ ਬਹਿ ਕੇ ਟੋਕਰਾ ਬਣਾਉਣਾ। ਅੱਛਾ ਪਹਿਲਾਂ ਗੋਲ ਗੋਲ ਟੋਆ ਪੱਟਣਾ ਹੈ। ਕਿਵੇਂ ਬੇਬੇ? ਇਹਨਾਂ ਨੂੰ ਟੋਕਰੇ 'ਚ ਘੁੰਮਣਾ ਹੈ। ਕਿਵੇਂ? ਆ ਕਰਕੇ ਗੇੜਾ ਦੇ ਕੇ ਆਇਆ ਕਰਕੇ ਬਣਾਉਣਗੇ, ਆਇਆ ਕਰਕੇ ਬਣਾਉਣੇ ਆਂ ਟੋਕਰੇ ਬਣਨਗੇ। ਆਏ ਬਣਨਗੇ ਬੇਬੇ, ਉਹ ਕਹਿੰਦੇ 4-5 ਟੋਕਰੇ ਬਣ ਜਾਣੇ ਵਾਧੂ ਹਨ। ਵਾਧੂ ਵਾਧੂ ਵਾਧੂ। ਪਹਿਲਾਂ ਲੋਕੀ ਉਹ ਕਹਿੰਦੇ ਜ਼ਿਆਦਾ ਬਣਾਉਂਦੇ ਸੀ, ਉਹ ਅੱਗੇ ਤਾਂ ਮਹਿੰਗਾਈ ਨਹੀਂ ਸੀ ਨਾ ਇੰਨੀ, ਹੁਣ ਕੀਮਤ ਬਾਈ ਇਹਨਾਂ ਦੀ ਬਣਾਈ ਉਨੀ ਆ। ਹਾਂ ਥੋੜੇ ਟਾਈਮ ਚ ਬਣਾ ਦੇਣੇ ਟੋਕਰੇ। ਬੇਬੇ ਮਿੰਟ ਇਹਨਾਂ ਨੇ ਐਂ ਕਰਕੇ ਮਾਰਨਾ, ਮਿੰਟ ਇਹਨਾਂ ਨੇ ਐਂ ਕਰਕੇ ਬਣਾਉਣਾ ਵੀ ਇਹਨਾਂ ਨੇ ਐਂ ਕਰਕੇ ਰੱਖ ਲੈਣੀਆਂ, ਐਂ ਕਰਕੇ ਤੀਲਾਂ ਆਪਣੇ ਖੇਤੋਂ ਹੀ ਲੈ ਕੇ ਆਉਂਦੇ, ਤੂਤ ਲੱਗੇ ਹੋਏ ਆਪਣੇ ਲੱਗੇ ਆ। ਬੇਬੇ ਖੂਹ ਵਾਲਾ ਖੇਤ ਘੁਮਾ ਕੇ ਲਿਆਉਣਾ ਆਪਾਂ? ਤੂੰ ਨੀ ਜਾਂਦਾ ਕੰਮਾਂ ਤਾਂ, ਰੋਜ਼ ਆਉਣੀ ਤੈਨੂੰ ਚੱਲ ਗਏ ਖੂਹ ਤੇ। ਚੱਲਾਂਗੇ ਕੋਈ ਨਾ। ਲਓ ਵੀ ਕਹਿੰਦੇ ਸਿਟੀਆਂ ਨੂੰ ਅਲੱਗ ਅਲੱਗ ਪਾਰਟਸ ਵਿੱਚ ਡਿਵਾਈਡ ਕਰ ਲੈਣਾ। ਆਹ ਅੱਡ ਰੱਖਣੇ ਆ ਜਿਹੜੇ ਉਰਲੇ, ਕਿੰਨੇ ਵੇਖਣ ਨੂੰ ਲਾਦੇ ਕਿੰਨੇ, ਆ ਇੰਨੇ ਕੁ ਰਹਿ ਗਏ ਬਸ, ਆ ਜਿਹੜੇ ਮੇਨ ਮੇਨ ਕੱਢ ਲੈ। ਕਿਵੇਂ ਹੁਣ ਪਾੜੀ ਜਾਂਦੇ ਨਾ ਤੀਲਾਂ, ਇਹਨਾਂ ਨੂੰ ਹੁਣ ਵਿਛਾਉਣਗੇ ਤੀਲਾਂ ਨੂੰ ਥੱਲੇ। ਬੇਬੇ ਤੈਨੂੰ ਵੀ ਪੂਰਾ ਐਕਸਪੀਰੀਅੰਸ ਆ, ਸਾਡੇ ਬਣਾਉਂਦੇ ਰਹੇ ਵਾਧੂ। ਬੇਬੇ ਨੂੰ ਸਾਰਾ ਪਤਾ, ਬਣਾਉਂਦਾ ਹੀ ਨਹੀਂ, ਜਮੇ ਨਹੀਂ ਕਰਦੀ ਕੰਮ, ਨਾ ਹੁਣ ਆਇਆ ਨਹੀਂ।
ਲੋ ਵੀ ਕਹਿੰਦੇ ਅੰਕਲ ਹੋਣਾ ਨੇ ਆਪਦਾ ਸਿਸਟਮ ਕਰ ਲਿਆ ਜੀ ਸੈੱਟ, ਹੁਣ ਬਣਨੇ ਟੋਕਰੇ ਗੋਲ ਮਟੋਲ ਚੰਡੀਗੜ੍ਹ ਯਾਰ ਕਿੰਨਾ ਔਖਾ ਕੰਮ ਹਨਾ, ਕਿੰਨੇ ਸੂਟ ਸਮਝ ਕੇ ਬੇਬੇ ਕਰਨਾ ਪੈਂਦਾ ਸਾਰਾ ਕੁਝ, ਘੇਰਾ ਪਾ ਲੈਣਾ ਹੈ ਸਾਰੇ ਬੰਨੇ, ਤਿੱਲਾਂ ਵੀ ਡਿਜ਼ਾਈਨ ਪੂਰੀਆਂ ਪੂਰੀਆਂ ਸਹੀ ਆਉਣਗੀਆਂ, ਹਾਂ ਤਿੱਲਾਂ ਨਾ ਜਿਹੜੀਆਂ ਪਾੜੀਆਂ ਇਹ ਓਨੀਆਂ ਜਿੰਨੀਆਂ ਲੱਗਣੀਆਂ, ਬਿਲਕੁਲ ਬਿਲਕੁਲ ਵੇ ਤੀਰ ਜਾ ਬਣ ਗਿਆ ਆਪਣਾ ਦੇ ਏਦਾਂ ਹੀ ਟੋਕਰਾ ਬਣ ਜਾਣਾ ਆਈ, ਲਓ ਵੀ ਨੀ ਪੱਤਰ ਰੱਖ ਲਿਆ ਜੇ ਟੋਕਰੇ ਦਾ, ਹੁਣ ਬਾਨੇ ਬੇਬੇ ਟੋਕਰੇ ਕਿੰਨਾ ਵਧੀਆ ਯਾਰ ਸਾਰਾ ਸਿਸਟਮ, ਮਿਹਨਤ ਵੀ ਬੇਬੇ ਕਿੰਨੀ ਲੱਗਦੀ ਆ, ਮਿਹਨਤ ਬਹੁਤ ਲੱਗਦੀ ਆ ਪਤਾ ਮੈਨੂੰ, ਮਿਹਨਤ ਬਹੁਤ ਲੱਗਦੀ ਆ, ਲਓ ਵੀ ਇੱਧਰ ਵੀਰ ਜੀ ਵੀ ਲੱਗੇ ਪਏ ਨੇ ਆਪਦਾ ਚੁੱਪ ਚਪੀਤੇ, ਲਓ ਵੀ ਇੱਧਰ ਤੁਹਾਨੂੰ ਦਿਖਾ ਦਈਆ ਨੀ ਪੱਤਰ ਰੱਖ ਲਿਆ ਟੋਕਰੇ ਦਾ, ਗੋਲ ਮਟੋਲ ਟੋਕਰੇ ਬਣਾ ਦੇਣੇ ਬੇਬੇ, ਕਿੰਨਾ ਸੂ ਸਮਝ ਕੇ ਕਰਨਾ ਪੈਂਦਾ ਸਾਰਾ, ਹੈ ਬੜੀ ਸਫਾਈ ਨਾਲ ਕੰਮ ਕਰਨਾ ਪੈਂਦਾ, ਸਾਡੇ ਆਹ ਬਹੁਤ ਬਣਾਉਂਦੇ ਹੁੰਦੇ ਸੀਗੇ, ਸਾਡੇ ਬਹੁਤ ਬਣਾਉਂਦੇ ਹੁੰਦੇ, ਸਾਡੇ ਤਾਂ ਪਿੰਡ ਹੀ ਵਾਧੂ ਸੀ ਭਰਾ, ਅੱਛਾ ਇਹ ਤੇਰਾ ਆਪਦਾ ਘਰ ਨੀ ਸਾਡੇ ਕਰੀ, ਨਹੀਂ ਪਿੰਡ ਸਾਡੇ ਬਣਾ ਆਪਣੇ ਇੱਥੇ ਹੈ ਨੀ ਨਾ ਬਣਾਉਣ ਵਾਲੇ ਟੋਕਰੇ, ਅੱਛਾ ਆਪਣੇ ਹੀ ਨੀ ਇੱਥੇ ਠੱਠਾ ਸਾਹਿਬ, ਤੂੰ ਉੱਥੇ ਬਹੁਤ ਬਣਾਉਂਦੇ, ਉੱਥੇ ਤਾਂ ਹਰ ਸਾਲ ਜੱਗ ਲਾਉਂਦੇ ਆ, ਆਹ ਸੱਪਾਂ ਦਾ ਵਿਆਹ ਕਰਦੇ, ਮਾਂ ਰੌਣਕ ਮੇਲਾ ਬਹੁਤ ਜ਼ਿਆਦਾ ਹੁੰਦਾ, ਸੱਪਾਂ ਦਾ ਵਿਆਹ, ਹਾਂ ਸੱਪਾਂ ਦਾ ਵਿਆਹ ਕਰਦੇ, ਕਿਵੇਂ ਉਹਨੂੰ ਸੱਪਾਂ ਦਾ ਵਿਆਹ ਕਿਵੇਂ, ਵਿਆਹ ਲੋਕੀ ਬਹੁਤ ਆਟਾ ਦਾਣਾ ਲੀੜੇ ਲੱਤਾ ਬਹੁਤ ਲੋਕੀ ਦੇ ਕੇ ਜਾਂਦਾ ਸਾਰਾ ਪਿੰਡ ਹੀ, ਅੱਛਾ ਹਾਂ ਵਾਜੀ ਲੋ ਵੀ ਦਰਸ਼ਕ ਪਹੁੰਚ ਚੁੱਕੇ ਆ, ਤੁਸੀਂ ਅਮਰਾਨ ਸਾਈਡ ਹੋ ਜਾਓ, ਬੜੇ ਟਾਈਮ ਦੇ ਕਰੀ ਜਾਂਦੇ ਸੀ ਟੋਕਰੇ ਬਣਾਉਣੇ, ਟੋਕਰੇ ਬਣਾਉਣੇ ਆ, ਸਹੀ ਗੱਲ ਮਸਾ ਹੀ ਮਿਲੇ ਮਿਸਤਰੀ ਟੋਕਰੇ ਵਾਲੇ, ਹੈ ਮਿਸਤਰੀ ਜੱਜਾਂਗੇ ਹੈਗੇ ਮੁੜ ਕੇ, ਫਿਰ ਮਸ਼ੀਨਾਂ ਤੇ ਉੱਠ ਜਾਣਾ, ਅੱਛਾ ਅਸੀਂ ਤਾਂ ਇੱਥੇ ਸਾਡਾ ਮਸ਼ੀਨਾਂ ਤੇ ਜਾਂਦੇ ਨੇ, ਉਹ ਸਾਰੇ ਜਾਂਦੇ ਚਾਰ ਮਿਹਨਤੀ ਆ ਸਾਰੇ, ਸ਼ਾਬਾ ਵੀ ਬਣਵਾ ਲਿਆ ਇੱਕ ਅੱਧਾ, ਸ਼ਾਬੇ ਸ਼ਾਬਾ ਵੇਖ ਲਓ, ਤੰਦੂਰ ਲਾਉਣਾ ਤੇ ਫਿਰ ਰੋਟੀਆਂ ਲਾਉਣ ਨੂੰ ਸ਼ਾਬਾ ਵੀ ਚਾਹੀਦਾ, 15-20 ਦਿਨ ਤਾਂ ਕਲਮਾ ਹੀ ਦੂਜਾ ਦੱਬੀਆ ਕੰਮ ਕਰ, ਕਲਮਾ ਹੀ ਨਹੀਂ ਸੁੱਤਰ ਹੁੰਦਾ, ਸਹੀ ਗੱਲ ਆ, ਪਤਾ ਹੀ ਨਹੀਂ ਲੱਗਦਾ ਕਿਹੜਾ ਡੰਡਾ ਕਿੱਧਰ ਲਾਉਣਾ ਕਿਹੜਾ ਨਹੀਂ, ਸਾਡੇ ਵੱਜੇ ਪਏ ਆ ਸੁੱਤਾਂ ਵੀ ਇਹਦੀ ਨਿਕਲੇ, ਜਦੋਂ ਤੁਸੀਂ ਬਣਾਉਣੇ ਆਏ ਲੱਗਦਾ ਵੇਖਣ ਨੂੰ ਸੌਖਾ ਹੀ, ਇੱਕ ਨੱਪ ਲੈ ਕੇ ਚੱਕ ਲੈ, ਨਹੀਂ ਨਹੀਂ ਸੌਖਾ ਕੋਈ ਨਹੀਂ ਆ, ਬਹੁਤ ਔਖਾ, ਮੰਮੀ ਨੂੰ ਲਾਈਏ ਨਾ ਫੜਾਈਏ ਨਾ ਟੋਕਰਾ, ਉਂਝ ਟੋਕਰਾ ਤੋੜ ਦੇਵੇ ਬੰਨ ਤੋਂ, ਬੰਨ ਤੋਂ ਪਹਿਲਾਂ ਹੀ ਟੁੱਟ ਜਾਂਦੇ ਥੱਲੇ, ਉਹਦੇ ਤਾਂ ਨੀ ਦੁਬਾਰੇ ਥੱਲੇ ਬਣਦੇ, ਉਹ ਅਸੀਂ ਕਬੂਤਰਾਂ ਵਾਸਤੇ ਟੰਗਿਆ ਸੀ, ਉਹਦਾ ਥੱਲਾ ਜਮਾ ਹੀ ਟੁੱਟ ਗਿਆ, ਅੰਕਲ ਜੀ ਮੈਨੂੰ ਉਹ ਬੰਦਾ ਨਵਾਂ ਲੱਗਦਾ, ਉਹਨਾਂ ਦੀ ਸਪੀਡ ਥੋੜੀ ਘੱਟ ਆ ਤੁਹਾਡੇ ਨਾਲੋਂ, ਉਹਨਾਂ ਦੀ
ਉਹ ਥੋੜਾ ਜਿਹਾ ਪਿੱਛੇ ਚੱਲ ਰਹੇ ਤੁਹਾਡੇ ਤੋਂ। ਲਓ ਵੇ ਇੱਧਰ ਡੈਡੀ ਲੈ ਆਏ ਟੋਕਰਾ ਕੀ ਇਹਦੇ ਜਿੱਡਾ ਬਣਾਉਣਾ ਵਾਧੂ ਐਡਾ ਅੰਕਲ ਜੀ ਐਡਾ ਕੇ ਬਣਾ ਦਿਆ ਜੇ। ਲਓ ਵੀ ਇੱਧਰ ਟੋਕਰੇ ਦੀ ਕਹਿੰਦੇ ਸਮਾਪਤੀ ਹੋਣ ਲੱਗੀ ਆ, ਟੋਕਰਾ ਤਿਆਰ ਬਰ ਤਿਆਰ ਇੱਦਾਂ ਕਰਕੇ ਉਹ ਚੱਕ ਕੱਟ ਕੇ ਆ ਜਿਹੜਾ ਸੰਦ ਵੀ ਮਹਿੰਗਾ ਜੇ ਅੰਕਲ ਕਿੰਨੇ ਦਾ ਆਉਂਦਾ ਇਹ? 1500 ਦਾ ਤਿੱਖਾ ਵੀ ਬੜਾ ਹਨਾ ਪਤਲੇ ਬੰਦੇ ਦਾ ਹੀ ਏ। ਅਸੀਂ ਆਪ ਹੀ ਬਣਾ ਲਿਆ ਵੀਡੀਓ ਤਾਂ ਵੇਖ ਵੇਖ ਕੇ ਆਪੇ ਟਰਾਈ ਕਰਿਆ ਕਰਾਂਗੇ। ਇੱਧਰ ਟੋਕਰਾ ਆਲਮੋਸਟ ਆਪਣਾ ਰੈਡੀ ਹੋ ਗਿਆ। ਅੰਕਲ ਜੀ ਆਪਣਾ ਨੰਬਰ ਦੱਸ ਦਿਓ ਜੇ ਕਿਸੇ ਨੇ ਟੋਕਰੇ ਬਣਾਉਣੇ ਹੋਣ, ਨੰਬਰ ਦੱਸ ਦਿਓ ਆਪਣਾ। ਹਾਂਜੀ ਅੱਛਾ ਚੇਤਾ ਨਹੀਂ, ਚਲੋ ਨੰਬਰ ਆਪਾਂ ਲਿਖ ਦਾਂਗੇ ਅੰਕਲ ਹੋਣਾ ਦਾ। ਸੋ ਜੇ ਕਿਸੇ ਨੇ ਵੀ ਟੋਕਰੇ ਬਣਾਉਣੇ ਹੋਣ ਇਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਜੇ ਕਾਲ ਕਰ ਲਿਓ। ਅੰਕਲ ਜੀ ਫੋਨ ਚੱਕ ਲਿਆ ਜੀ ਸਾਰਿਆਂ ਦੇ, ਤੁਹਾਨੂੰ ਦੱਸ ਦਈਏ ਅੰਕਲ ਜੀ ਹੋਣਾ ਦਾ ਪਿੰਡ ਹੈਗਾ ਬੂੜਾਂ ਵਾਲੀ ਡਿਸਟ੍ਰਿਕਟ ਫਿਰੋਜ਼ਪੁਰ। ਜੇ ਕਿਸੇ ਨੇ ਸੱਦਣਾ ਉਹ ਕਿਰਾਇਆ ਕਰੂਗਾ ਸਾਰਾ ਤੁਹਾਨੂੰ ਦੇਣਾ ਪੈਣਾ, ਬਣਾ ਕੇ ਦੇ ਜਾਣਗੇ ਕਿਰਾਇਆ ਕਰੂਆ ਆਉਣ ਦਾ ਤੁਸੀਂ ਦੇਣਾ ਜੇ। ਹੈਂ ਹਾਂ ਬੇਬੇ ਬਣ ਗਿਆ। ਲਓ ਵੀ ਇੱਧਰ ਟੋਕਰਾ ਤਿਆਰ ਬਰ ਤਿਆਰ। ਹੈਂ ਛੇਵੇਂ ਦੀ ਤਿਆਰੀ ਆ ਜੋਰਾ ਛੋਰਾਂ ਦੇ ਕੰਮ। ਹਾਂਜੀ ਕਿਹੜੇ ਮੁਲਕ ਚ ਜਾਣਾ ਚਾਹੁੰਦੇ ਦੱਸੋ? ਇਹ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਸਾਰੇ ਕਿਤੇ ਚਲੇ ਜਾਣੀ ਹੈ। ਹੋਰ ਚੰਗੇ ਦੇਸ਼ ਵਿੱਚ ਠੀਕ ਆ, ਤੁਸੀਂ ਦੱਸੋ ਕਿਹੜੇ ਦੇਸ਼ ਜਾਣਾ? ਅਮਰੀਕਾ ਭੇਜ ਦਈਏ ਪਹੁੰਚ ਗਏ ਤੁਸੀਂ। ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਬੇਬੇ ਆ ਜਿਹੜਾ ਸਪਲੀਮੈਂਟ ਖਾਂਦੀ ਆ ਵੇ। ਬੇਬੇ ਜਿੰਮ ਕਿਹੜੇ ਟਾਈਮ ਜਾਂਦੀ ਹੁੰਦੀ ਆ? ਆਥਣੇ ਚ ਜਾਈਦਾ ਵੀ ਉਹਦੇ ਚ ਕੋਈ ਨਹੀਂ ਹੁੰਦਾ, ਸਵੇਰੇ ਬਾਹਰ ਜਾਣੀ ਹੁੰਦੀ ਆ। ਅੱਛਾ ਬੇਬੇ ਆਥਣੇ ਚੱਲੀ ਜਾਂਦੇ ਨੇ ਕੀ ਉੱਥੇ ਜਾ ਕੇ ਕਿਹੜੀ ਐਕਸਰਸਾਈਜ਼ ਕਰਦੇ? ਵੇਟ ਚੱਕਦੀ ਆ ਵੇਟ ਡੋਲੇ ਵਧਾਉਣ ਵਾਸਤੇ। ਹਾਂ ਡੋਲੇ ਵਧਾਉਣ ਵਾਸਤੇ। ਕਿੰਨੇ ਇੰਚ ਹੋ ਗਏ ਡੋਲੇ? ਗਾਜਰਾਂ ਗੜੀ ਗੜੀ ਧੱਕੇ ਖਾਂਦੀਆਂ ਫਿਰਦੀਆਂ। ਇਹਦਾ ਕੀ ਮਤਲਬ? ਵੀ ਉੱਚੇ ਗੋਰੀਆਂ ਤੇ ਲੌਂਗ ਕਾਲੇ ਆ। ਅੱਛਾ ਤਾਂ ਉਹ ਤੋਂ ਰਹਿੰਦੇ ਆ, ਉਹ ਤੋਂ ਪੈ ਰਹਿੰਦੇ ਤਾਂ ਕਰਕੇ ਕਾਲੇ ਜਦੋਂ ਅੰਦਰ ਰਹਿੰਦੇ ਆ ਉਹ ਪੁੜੀਆਂ ਚ। ਬੇਬੇ ਹਾਂ ਮੈਂ ਸੁਣਿਆ ਤੂੰ ਇੰਗਲਿਸ਼ ਬਹੁਤ ਤੇਜ਼ ਬੋਲਦੀ ਆ। ਬੋਲ ਕੇ ਵਿਖਾ ਦਿੰਨੀ ਆ ਫਿਰ? ਚੱਲ ਬੋਲ ਫਿਰ ਇੰਗਲਿਸ਼ 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 ਇੰਗਲਿਸ਼। ਬੇਬੇ ਨੋਟੀ ਹੋ ਗਈ ਆ। ਬੇਬੇ ਹਾਊ ਆਰ ਯੂ? ਗੁੱਡ। ਵਾਟ ਆਰ ਯੂ ਡੂਇੰਗ? ਸ਼ਟ ਅਪ। ਲਪਟਾਣ ਮਾਰ ਕੇ
ਨਹੀਂ ਨਹੀਂ ਫਿਰ ਇੰਗਲਿਸ਼ ਚ ਗੱਲਾਂ ਕਿਹਦੇ ਨਾਲ ਕਰਦੇ ਨੇ ਬਾਪੂ ਨਾਲ? ਹਾਂ ਚੱਲ ਉਹਦੇ ਨਾਲ ਕਰ ਲਈਦੀਆਂ, ਘਰੇ ਵੀ ਕਰ ਕੁਰ ਲਈਦੀਆਂ ਕਿਸੇ ਨਾਲ। ਘਰੇ ਕਿਹਦੇ ਨਾਲ? ਸੋਨੀ ਨਾਲ ਕਰ ਲੈਣੀਆਂ, ਬੇਅੰਤ ਨਾਲ ਕਰ ਲੈਣੀ। ਤੂੰ ਤਾਂ ਘਰੇ ਨੀ ਹੁੰਦਾ, ਕਿਹਦੇ ਨਾਲ ਕਰਨੀ? ਉਹਨਾਂ ਨਾਲ ਕਰਨੀਆਂ। ਤੇ ਮੰਮੀ ਡੈਡੀ ਨੂੰ ਕੀ ਕਹਿੰਦੇ ਨੇ ਇੰਗਲਿਸ਼ ਚ? ਉਹਨੂੰ ਕਹਿ ਦਿੰਦੇ ਆ ਬੇਅੰਤ ਸਿੰਘ, ਇਹਨੂੰ ਕਿ ਨਹੀਂ ਸੋਨੀ। ਨੋਟੀ ਹੋ ਗਈ ਬੇਬੇ ਤੂੰ ਬਹੁਤ ਜ਼ਿਆਦੇ। ਹੈਂ ਜੇ ਨਾ ਕੋਈ ਬੋਲੇ ਫਿਰ ਮੈਂ ਕਹਿੰਦੀ ਵਾਟ ਇਜ਼ ਜਸ ਵਾਟ ਇਜ਼ ਜਸ। ਜਦੋਂ ਤੈਨੂੰ ਗੁੱਸਾ ਆਇਆ ਹੋਵੇ ਉਦੋਂ ਕੀ ਕਹਿੰਦੀ ਹੁੰਦੀ ਆ? ਉਹ ਤਾਂ ਕਹਿੰਦੀ ਵਾਟ ਉਹਦੇ ਰਿਚ। ਬੇਬੇ ਤੇਰੇ ਨਾਲ ਇੱਥੇ ਏਦਾਂ ਸੌਣ ਦਾ ਨਜ਼ਾਰਾ ਹੀ ਵੱਖਰ। ਇਹ ਗੱਲਾਂ ਹੀ ਵੀਡੀਓ ਚ ਨਹੀਂ, ਅਸੀਂ ਉਂਝ ਵੀ ਏਦਾਂ ਹੀ ਪੈਂਦੇ ਹਾਂ ਉਹਦੇ। ਪੁਰਾਣੀਆਂ ਗੱਲਾਂ ਸੁਣਦਾ ਇੰਨਾ ਨਿਆ, ਮੈਨੂੰ ਤੁਹਾਡਾ ਪਤਾ ਨੀ ਪਰ ਮੈਨੂੰ ਬੜਾ ਨਿਆਰਾ। ਬੇਬੇ ਨੇ ਦੱਸਣਾ ਕਿ ਹਰਮਨ ਪਹਿਲਾਂ ਇੱਦਾਂ ਰਹਿੰਦੇ ਹੁੰਦੇ ਸੀ, ਆਪਾਂ ਉੱਦਾਂ ਰਹਿੰਦੇ ਹੁੰਦੇ। ਉਹ ਗੱਲਾਂ ਸੁਣਦਾ ਮਜ਼ਾ ਬੜਾ ਆਉਂਦਾ। ਨਿਆਣੇ ਸੁਣਦੇ ਹੁੰਦੇ ਆ, ਨਿਆਣਿਆਂ ਨੇ ਪੁਰਾਣੀਆਂ ਗੱਲਾਂ ਦੱਸ। ਬੇਬੇ ਨੂੰ ਜਿਵੇਂ ਹਲੇ ਵੀ ਕਹਿਣਾ ਬੇਬੇ ਮੈਨੂੰ ਲੋਰੀ ਸੁਣਾ, ਬੇਬੇ ਫਿਰ ਮੈਨੂੰ ਲੋਰੀ ਸੁਣਾਉਂਦੀ ਹੁੰਦੀ। ਕਿਹੜੀ ਸੁਣਾਉਂਦੀ ਹੁੰਦੀ ਬੇਬੇ? ਆਹ ਸੋਹਣੀ ਸੋ ਜਾ ਸੋਹਣਿਆ, ਤੂੰ ਤੇਰੇ ਬੋਦੇ ਲੜਜੇ ਜੂ, ਕੱਢਣ ਵਾਲੀਆਂ ਮਾਸੀਆਂ ਕਢਾਉਣਾ ਵਾਲਾ, ਕਢਾਉਣ ਵਾਲਾ ਤੂੰ। ਬੇਬੇ ਤੂੰ ਬੇਇੱਜ਼ਤੀ ਕਰਾ, ਤੂੰ ਤੇ ਬੋਲੀ ਭੁੱਲ ਗਈ। ਉਹ ਤਾਂ ਭੁੱਲ ਜਾਂਦਾ, ਕੀ ਕਰਾਂ। ਮੰਮੀ ਦੂਸਰੀ ਸੁਣਾਉਂਦੀ ਹੁੰਦੀ ਆ। ਕਿੰਨੇ ਪਿੰਡ ਆਏ ਸੀਗੇ? ਮੇਰੇ ਆਏ ਸੀ 7.5। ਤੇਰੇ ਨੂੰ ਥੋੜੋ 5 ਲੱਗ ਗਿਆ, ਛੁੱਟੇ ਘਰੇ ਲਿਆਉਣੇ। ਬੇਬੇ ਦੇ 7.5 ਪਿੰਡ ਆ, ਕਿਹੜੇ ਦੇਸ਼ ਜਾਣਾ ਹੁਣ? ਮੇਰਾ ਤਾਂ ਇਰਾਦਾ ਅਮਰੀਕਾ ਹੀ ਚਲੇ ਜਾ। ਆਏ ਹਾਏ ਕੈਲੀਫੋਰਨੀਆ। ਬੇਬੇ ਤੂੰ ਇਹ ਦੱਸ ਆਪਣੇ ਟੋਕਰੇ ਕਿਵੇਂ ਬਣੇ? ਟੋਕਰੇ ਉਹਨਾਂ ਨੇ ਪਹਿਲਾਂ ਕੀ ਕੀਤਾ ਵੀ ਉਹਨਾਂ ਨੇ ਤੀਲਾਂ ਵੱਢੀਆਂ। ਓਏ ਉਹ ਨਹੀਂ ਦੱਸ ਕਿਵੇਂ ਸੋਹਣੇ ਬਣੇ ਆ? ਹਾਂ ਬਹੁਤ ਸੋਹਣੇ ਬਣੇ ਆ, ਟੋਕਰੇ ਵੀ ਕਦੇ ਮਾੜੇ ਹੋਏ ਜਿਹੜੇ ਬਣਾਏ। ਹਾਂ ਸੋ ਮਿੱਤਰੋ, ਜੇ ਟੋਕਰੇ ਵਾਲਾ ਵਲੌਗ ਤੁਹਾਨੂੰ ਆ ਵਧੀਆ ਲੱਗਦਾ ਹੁੰਦਾ ਨਾ, ਵੀਡੀਓ ਨੂੰ ਲਾਈਕ ਕਰਦਿਆ ਕਰੋ, ਵਾਧੂ ਸਾਰੇ ਕਮੈਂਟ ਕਰਦਿਆ ਕਰੋ, ਤੇ ਹੋਰ ਵੀ ਨਵੇਂ ਨਵੇਂ ਵਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਹਰਮਨ ਖੋਸਾ ਚੈਨਲ ਨੂੰ। ਸੋ ਛੇਤੀ ਮਿਲਦੇ ਅਗਲੇ ਵਲੌਗ 'ਚ। ਥੈਂਕ ਯੂ ਸੋ ਮਚ, ਲਵ ਯੂ ਟੂ ਟੂ ਯੈਸ।